हो जा कांके दो पर मरते। ਵਧੀਆ ਮੁਸਕਾਨ ਲੈਂਦੀ ਵਾਹੀ ਤੇ ਘਾਟ ਘਾਟ ਦਾ ਪਾਣੀ ਪੀਤਾ ਹੈ ਕਿੱਥੇ ਫਿਰਦੀਆਂ ਆ ਜਾ ਆ ਜਾ ਆਹ ਉਂਗਲੀ ਤੇ ਰਮਾਲ ਘਮਾਉਂਦਾ ਨਹੀਂ ਦਿਲ ਪਰ ਜਾਨੀ ਆਹੋ 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 ਬਾਤ ਹੈ ਮੁੱਛ ਫੁੱਟ ਗੱਭਰੂਆ ਨੌਜਵਾਨ ਜੁੱਸਾ ਹੈ ਸ਼ਰਮ ਤਾਂ ਨਹੀਂ ਆਉਂਦੀ ਬਈ ਜੇ ਤੇਰੀ ਸ਼ਰਮ ਤੇਰੀ ਕੀ ਹੋ ਗਿਆ ਇੰਨੀ ਤਾਂ ਮੇਰਾ ਸਾਲਾ ਠੰਡ ਪੈ ਰਹੀ ਹੈ ਕੋਰਾ ਪੈ ਰਿਹਾ ਹੈ ਤੂੰ ਉਥੇ ਡਾਂਸ ਕਰ ਰਹੇ ਉਹ ਨਹੀਂ ਹਾਂ ਇੱਕ ਤਾਂ ਆਇਆ ਵੀ ਥੋੜੀ ਜੀ ਮੈਨੂੰ ਖੁਸ਼ ਖਬਰ ਆਈ ਹੈ ਜਿਹੜੀ ਵਧੀਆ ਹੋ ਸਮਝੋ ਖੁਸ਼ ਖਬਰ ਕਾਦੀ ਆ ਗਈ ਬਈ ਓਏ 40 ਚੋਂ 40 ਬਣ ਗਿਆ ਬਸ ਬਸ ਨਿਕਲ ਗਿਆ ਫਿਰ ਵਾਹ 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 ਬਸ ਨਿਕਲ ਗਿਆ ਜੀੜੀ ਦੇਣਗੇ ਹੁਣ ਤੈਨੂੰ ਹਾਂ ਦੂਜੀ ਗੱਲ ਹੋਰ ਆ ਚੱਲ ਰਮਾਲ ਤਾਂ ਹੀ ਬਸ ਐਂ ਜੇ ਚੱਲ ਜੀ ਮਾਰ ਰਹੀ ਗਰਮੈਸ ਹੋਇਆ ਤੌਣੀ ਜੀ ਆ ਕੇ ਹਟ ਗਿਆ ਮੈਨੂੰ ਇਹੋ ਜਿਹਾ ਕੀ ਖਾਂਦਾ ਤੂੰ ਖਾਂਦਾ ਤਾਂ ਫਿਰ ਤੂੰ ਐਸਾ ਬਲਾਲਾ ਹੁਣ ਪੀਪਾ ਸਮਾ ਪੁਸਮਾ ਹੁਣੀ ਚਹਾਰੇ ਬਾੜ ਕੇ ਖਾਦੇ ਨੇ ਤੈਨੂੰ ਪਤਾ ਪਰਾਂ ਰਹੀ ਕਿਤੇ ਮੱਥੇ ਚ ਮਾਰੇ ਹਿੜਤਾ ਹਾਂ ਬੱਜਿਆ ਬਲੇ ਇੱਕ ਦੋ ਬੰਦੇ ਦੇ ਇੱਕ ਕਿੱਥੋਂ ਸੀ ਬੰਦਾ ਹੋ ਡੀਲਾ ਕਰਤਾ ਜੀ ਡੀਲਾ ਕਰਤਾ ਕਈ ਸਾਲਾਂ ਦੀ ਗੱਲ ਹੈ ਇਹ ਕੰਨਾਂ ਨੂੰ ਰਹਿਣ ਦਿਆ ਕਰ ਤੇਰੇ ਸਾਲ ਹਜੇ ਨਹੀਂ ਲੋਟੀ ਮੈਨੂੰ ਪਤਾ ਤੇਰੀ ਕਰਤੂਤ ਦਾ ਮੈਂ ਜਾਣਦਾ ਕਾਹਨੂੰ ਤੇਰੀ ਰਗ ਰਗ ਤੋਂ ਵਾਕਫਾ ਮੈਂ ਪਤਾ ਗੱਲ ਕੀ ਹੈ ਕਈ ਸਾਲਾਂ ਦੀ ਗੱਲ ਉੱਥੇ ਮੈਨੂੰ ਕਹਿੰਦੇ ਵੀ ਐਂ ਕਰਕੇ ਅਸੀਂ ਤਾਂ ਭਾਈ ਸਨਾਮ ਜਾਣਾ ਅੱਛਾ ਹਾਂ ਕਹਿੰਦੇ ਇਹ ਪਿੰਡ ਕਿਹੜਾ ਮਾਹੇ ਤਾਂ ਪਿੰਡ ਨਮੋਲ ਆ ਗਿਆ ਗਾਹਾਂ ਸਨਾਮ ਆ ਚੱਲ ਭਾਈ ਮੈਂ ਤੈਨੂੰ ਦੱਸਣ ਲੱਗਿਆ ਮੇਰੇ ਸਾਲ ਦਾ ਮੈਨੂੰ ਤਾਂ ਡਕਾਰ ਆ ਗਿਆ ਉਹੀ ਗੱਲ ਤੇਰੇ ਵਾਲੀ ਫਿਰ ਕੱਢੇ ਲੇ ਤੇ ਲੰਚ ਤੇੜ ਤਾਂ ਗਾਹਾਂ ਉਹਦਾ ਬੁੜੀ ਦਾ ਹੋ ਲੰਚ ਲੁੰਚ ਪਵਾਇਆ ਹੋਇਆ ਉਹ ਤਾਂ ਫੁੱਟ ਗਿਆ ਡਾਕਟਰੀ ਨਿਸਕਾਨ ਕਰਤਾ ਬਾਜਾ ਬੰਦਾ ਦਾ ਗੱਪ ਮੰਨਦਾ ਹੀ ਜੀ ਗੱਲ ਨੂੰ ਚੱਲ ਕਈ ਵਾਰ ਆਇਆ ਵੀ ਕੋਈ ਟੱਚਰ ਕਰ ਗਿਆ ਉਹ ਗੱਲ ਵੱਖਰੀ ਆ ਮਜ਼ਾਕ ਖੁਸ਼ੀ ਤਾਂ ਫਿਰ ਤੈਨੂੰ ਮੈਂ ਵੀ ਸਰਪ੍ਰਾਈਜ਼ ਚ ਦੇ ਰਿਹਾ ਪਰ ਮੈਂ ਦੱਸਾਂ ਤੈਨੂੰ ਗੱਲ ਮਾੜੀ ਮੋਟੀ ਦੱਸ ਦੱਸ ਕੋਈ ਨਾ ਸਾਂਗੜਾ ਦੱਸ ਤੂੰ ਖੁੱਲ ਕੇ ਦੱਸ ਮੈਂ ਦੇਖ ਲਾ ਤੇਰੇ ਕਿ ਨਹੀਂ ਦੇਖ ਦੇਖ ਕੇ ਮੇਰੀਆਂ ਤਾਂ ਭਾਈ ਅੱਖਾਂ ਪੱਕ ਗਈਆਂ ਹੈ ਅਣਸਰਦੇ ਨੂੰ ਮੈਨੂੰ ਅੱਕ ਚੱਬਣਾ ਪਿਆ ਹਜੇ ਚੱਬਿਆ ਵੀ ਨਾ ਮਨ ਹਜੇ ਮਨ ਲਾ ਹੱਥ 'ਚ ਹੀ ਹੈ ਚੱਬ ਵੀ ਲਓ ਐਡੀ ਗੱਲ ਨਹੀਂ ਮੈਂ ਤਾਂ ਚਿੱਠੀ ਛਿੱਟਿਆ ਪਾਲੋ ਕੋਲੇ ਅੱਛਾ ਮਹਾ ਭਾਈ ਤੂੰ ਆ ਮਾੜਾ ਜਿਹਾ ਆਪਾਂ ਕਰਦੇ ਆਪ ਹੀ ਹੂੜਾ ਮੈਂ ਆਪ ਹੀ ਫੱਕ ਲੈਣਾ ਹੁਣ ਮੈਂ ਦੱਸ ਬੋੜਾ ਕਰਦਾ ਸਮਝੇ ਤੂੰ ਜੋ ਉੱਥੇ ਜਾ ਰਿਹਾ ਮੈਂ ਹਾਂ ਟਾਈਮ ਦਿੱਤਾ ਉੱਚੇ ਪੋਲਾਂ ਤੇ ਸਾਡੀ ਮੀਟਿੰਗ ਮੇਰੀ ਗੱਲ ਸੁਣ ਤੂੰ ਜਵਾਕ ਆ ਹਜੇ ਤੂੰ ਨੂੰ ਐ ਕਹੀਂ ਵੀ ਉਧਰੋਂ ਤਾਂ ਉਹਦੀ ਮਾਸੀ ਆਵੇ ਨਾਲ ਇਧਰੋਂ ਤੇਰੇ ਨਾਲ ਮੈਂ ਚੱਲੂ ਹੱਥ ਬਣਾ ਲੈ ਕੱਲ ਤਾਂ ਹਜੇ ਕੀ ਕੁਛ ਹੋ ਕੇ ਹਟਿਆ ਨਹੀਂ ਆਏ ਨਹੀਂ ਤੂੰ ਸ਼ਰਮ ਮੰਨ ਲੈ ਸ਼ਰਮ ਮੰਨ ਲੈ ਸਾਰਾ ਬੰਦਾ ਮਹਾ ਨਾਲ ਜ਼ਰੂਰੀ ਆ ਮੈਂ ਤਾਂ ਹੀ ਕਹਿਣਾ ਜੇ ਤੂੰ ਸਿਆਣਾ ਸ਼ਰਮ ਮੰਨ ਲੈ ਵਧੀਆ ਰਹੇਗਾ ਡੁੱਲੇ ਬੇਰਾਂ ਦਾ ਹਜੇ ਵੀ ਨਹੀਂ ਕੁਛ ਵਿਗੜਿਆ ਕੱਲ੍ਹ ਤਾਂ ਤੁਸੀਂ ਹੋਟਲ 'ਚ ਫਿਰਦੇ ਸੀ ਉੱਥੇ ਚਾਹ ਉੱਥੇ ਫੜਿਆ ਨਹੀਂ ਤਾਂ ਉਹਨਾਂ ਨੇ ਉੱਥੇ ਚਾਹ ਫੜਾ ਉਹ ਤਾਂ ਕੋਈ ਨਾ ਉਹ ਤਾਂ ਹੁਣ ਮਿੱਟੀ ਪਾ ਦਿਓ ਤਾਂ ਗੱਲ ਹੀ ਨਿਬੜ ਗਈ ਉਹ ਤਾਂ ਰਾਤ ਗਈ ਬਾਤ ਗਈ ਉਹਦਾ ਗੱਲ ਦਾ ਫਾਇਦਾ ਹੀ ਨਹੀਂ ਮੈਂ ਮਿੱਟੀ ਪਾ ਫਾਇਦਾ ਹੈ ਕੋਈ ਇਹ ਗੱਲ ਜਿਹੜਾ ਤੂੰ ਗੱਲਾਂ ਛੇੜਦਾ ਤੂੰ ਜਾਣ ਜਾਣ ਕੇ ਤੈਨੂੰ ਪਤਾ ਅੰਦਰ ਆ ਗਈ ਉਹ ਹੈ ਚੱਲ ਹੋਵੇ ਮੈਂ ਕਿਹੜਾ ਚਿੱਟੀ ਅੰਦਰ ਫਿਰਦੇ ਤੂੰ ਜਾਣ ਜਾਣ ਕੇ ਵੀ ਸਿਆਪੇ ਖੜੇ ਕਰਦਾ ਮੈਂ ਤਾਂ ਡਰਦਾ ਨਹੀਂ ਕੋਲ ਤੈਨੂੰ ਮਤਲਬ ਵੀ ਨਹੀਂ ਇਹ ਗੱਲਾਂ ਦਾ ਕਰਨ ਦਾ ਉਰੇ ਨਾ ਸਿਸ਼ਨ ਜੱਜ ਲੱਗੀ ਆ ਮੇਰੇ ਤੇ ਉਹ ਮੇਰੀ ਕਰ ਮੈਂ ਡਰਦਾ ਡਰਦਾ ਨਹੀਂ ਹੈਗਾ ਤਾਂ ਤੂੰ ਹੀ ਡਰਦਾ ਨਾ ਕਿੱਥੇ ਪਤਾ ਮਰੀ ਜਾਣਾ ਕੁੱਤੇ ਵਾਲੀ ਭਗਾਈ ਬਾਲੀ ਹੁਣ ਤੂੰ ਡਰਦਾ ਨਹੀਂ ਦੇਖ ਕੇ ਤੂੰ ਮੱਚਦਾ ਹਾਂ ਆਪਾਂ ਨੂੰ ਤਾਂ ਕਾਹਦਾ ਮੱਚੇ ਮਾ ਲੈ ਕਿੱਥੇ ਮਰਜੀ ਮਰੇ ਕੋਈ ਜਾਵੇ ਆਪਾਂ ਕੀ ਪਿੱਛੇ ਜਾਣਾ ਕਿਸੇ ਨੇ ਹਾਂ ਸਨੇਹਾ ਲੱਗਿਆ ਲੈ ਤੇਰਾ ਤਾਂ ਬਿਲਕੁਲ ਜਾਵਾਂਗੇ ਬਿਲਕੁਲ ਜਾਵਾਂਗੇ ਲੋਕ ਮਰ ਕਿੱਥੇ ਮਰਦਾ ਭਾਗ ਜਾ ਚਲ ਉਹ ਕੁੱਤੇ ਭਗਾਈ ਨਾ ਮਾਰ ਮੇਰਾ ਭਾਗ ਜਾ ਉੱਜੜ ਜਾ ਪਰਾਂ ਜਿੱਥੇ ਜਾਣਾ ਤੂੰ ਸ਼ਰਮ ਕਿਉਂ ਨਹੀਂ ਮੰਨਦਾ ਮੈਂ ਕਹਿੰਦਾ ਇਤਨਾ ਮੂੰਹ ਘੁੱਟ ਕੇ ਲੈਂਦਾ ਹਾਂ ਆਪਾਂ ਦਾ ਕਹਿੰਦਾ ਡਿੱਗ ਜੇ ਪੁਲ ਮੇਰੇ ਸੜ ਦਾ ਜਿਹੜੇ ਪੁਲ ਤੇ ਤੂੰ ਜਾਣਾ ਪੁਲੀ ਡਿੱਗ ਜੇ ਬੇੜਾ ਬਹਿ ਜੇ ਪੁਲ ਵਾਲੇ ਦਾ ਆਪੀ ਡਿੱਗਿਆ ਪੈਨੇ ਪੁਲ ਤਾਂ ਤੂੰ ਕੰਮ ਕਰ ਆਪਦਾ ਇਹਨੇ ਬਣਾਇਆ ਪੁਲ ਨਾਲੇ ਉਹਦਾ ਬੈਠੇ ਵਰਤਦਾ ਨਹੀਂ ਮੇਰੇ ਨਾਲ ਹੁਣ ਤੂੰ ਹਾਂ ਓਏ ਹੈਲੋ ਡੰਮ ਚੇਵਾ ਮੇਰੇ ਸਾਲੇ ਨੂੰ ਨਾ ਦੇਖ ਲੈ ਜਨਾ ਮੈਂ ਤੇਰੇ ਵਾਰੀ ਕਿੰਨੇ ਥਾਵੇਂ ਕੰਮ ਕਰਿਆ ਹੈ ਅਮਰੋ ਦਾ ਮੈਂ ਬਥੇਰੇ ਇੱਥੇ ਧਰੇ ਨੇ ਕਾਗਜ਼ ਪੱਤਰ ਮੇਰਾ ਸਾਲਾ ਮੇਰੇ ਨਾਲ ਨਹੀਂ ਖੜ ਰਿਹਾ ਮੋਢੇ ਨਾਲ ਮੋਢਾ ਲਾ ਕੇ ਨਾ ਕੋਈ ਡਾਲ ਗੱਲ ਨਹੀਂ ਬੰਦੇ ਵਾਲੀ ਕੰਮ ਆਉਂਦੀ ਯਾਰ ਕਮਾਲ ਦੀ ਗੱਲ ਹੈ ਆਈ ਰਹੀ ਫਿਰ ਆਈ ਰਹੀ ਠੀਕ ਹੈ ਓਕੇ ਬਾਈ ਟਾਟਾ ਲੱਭ ਜੂ ਆਉਲ ਰਾਗੜ ਤੇ ਖੰਗ ਜੀ ਨੇ ਤਾਂ ਕਿਤੋਂ ਆ ਗਈ ਪਤਾ ਨਹੀਂ ਕੁਛ ਛੰਮਣ ਆ ਗਿਆ ਉਰੇ ਕੱਚਕ ਤੇ ਲਿਖਿਆ ਹੋਇਆ ਹੈ ਪਾਲੋ ਦਾ ਨਾਂ
मेरी प्यारी पालो, मैं तेरे बिना रह नहीं सकता, अपा भज के ब्याह कर की लिखा हुआ कताम भज के ब्याह करवावांगे, मैं तेरा उच्चे पुलां ते इंतजार करूं, मैं तेरा उही सदाई रामा बचोला। अच्छा तेरा मैं करा इंतजार तो मौत कर दिया तेरा इंतजार तो जब पुलां ते बेटे जादे बखरी जबानी चढ़ी है सारे टोले ते, पहला उन्हें नीमी पवाती लमदे काके नूं फोन तेरा तो मैं टकाउना टाइम अज काके ताया बोलता तेरा सचरी कर देखो हजे भी तेरे दिल च प्यार हैगा है ओ बई बेकर काका का तेनु घरों करता देख ला चल तू गुच्छे गुच्छे गिल्ले नूं छड तू ऐ कर ओ छकार फच गए कर नग कढ़ा जा मेरा इना कर खंड बथेरा तेनू पैसा खवाया है फिर की हो गया आई नहीं कर दे हुंदे तू ना तेथों बिना छड दू तां मैं गुच्छे तू कहता तेरी ताई दे सामने आहो आ करा मड़ा जा ओए ओही आ रोज दा चिट्ठी धर गया बार तो होर कौन है हां इना पर ही आ जा फिर लेके गड्डी कोई कोई चक्कर नहीं ओ दू बाद नमेर लांगे आपा अपना निबड़ू का देता गंडे जोड़ा नाली जाऊ अपना तां हां सबें तक आई नहीं निबड़दा पुत आ जा करा आ जा तू बस हवा दे बोले नाल करा चल ठीक है चंगा इधरों कट दे तू फोन उन्हों तो मैं दिना डोलू अद के ना आ जा तू चंगा कट इधरों कट देखा कि अजे तो आऊँगा नहीं इतने मैं ठर दू कंबल लै ला उत्ते इन तो मैं तरह चिट्ठिया हूं खेती कर करा पछताओ पता नहीं कट्ठे पछताओ कट्ठे रख तो ना रहा चला पे बे आ की करी जन्ने ता पछतावला है टैंकी लेने एनु मेरी गल इक सुन ले कुड़ी जनु अज बारे ना आउंदे दी की हो गया हां तन्नू दसती गल गल ता दस दे की हो गया नहीं भाई उठू एदा फिर तन्नू दस तन्न मेड़ गया मैं जाना मन्नू काली मड़ी गबी वाला गेट ला लो बे रोटी पानी पे रोटी ता खा ले पता होना ही नहीं पता जेल ची खाई अछी जाना किथे तू तन्नू कोई लेना है कते जाइए अछी फिर किसने सिंह बसा के आवेगा करे ए संगनी हैगे ऐसा जो मौत का खेड़ खेड़ांगे तू गेट ला ला बिही वाला ए तू केड़े खेड़ खेड़ेगा कुट के फेर आवेगा करे पतिया वनू तेरी पावर दा नहीं कुड़िए हां की हो गया मन्नू पूछ दिया की हो गया मैं ते तन्नू पूछया भी की हो गया मन्नू को पता ही रौला पा दिना छोड़ भी नहीं दिंदे ना रात नु सों के रजे ना रजे दिने सों के मासड़ की कहंदा ती खूच गया मासड़ की कहना ओही जड़ी आदत पई हुई है आए गया हुब के भी मैं ता पता नहीं की खून खराबा करके आऊंगा अठने देखी करे छित्र खा के आऊंगा अच्छा क्यों फिर मेनू को कहंदा ती बारे ना निकली तू आज यारी ओ ता सुना नहीं है जदों बोलदा ती हुन लागी मेरे सराहने गजना के फिर मेनू को कुट दे ने होर किनू कुटा कुंडा ता तन्नू लाउंदा ती ओ मैं ना तो नहीं आ गई सारे दिल ते पाई जान नहीं मेरी गल ता सुन ले इनू ता आदत पैगी बेइज्जती कराउन दी पहला देख ला उथे जाके संदीप के घरे माणो दे पहला ने सोहरे उथे किन्नी बेइज्जती कराई ओ ता इक ओही बंदा भले मानसा जेड़ा चुप कर गया ना फिर देख ला एंड ते आके जुतियां खा के फेर आया करे ना तब दी बेइज्जती कराउंदा पिछ मेरी भी बेइज्जती करा देंदागा हुण तू ना जा कर नाल होर कौन जाऊगा मैं वाग जा करूं हां तू ता बड़े झंडे चला के आवेगी फिर ता ओ ता कुट के आंदा नाल तू भी कुट के आवेगी हुण तू सौ ली रज ली सौ के मैं ते दुकान ते जाके आने 5 रुपए लगे 5 रुपए ओरा फड़ा मनु मेरी गल तो सुन नहीं हां मोटड़ जिए रोटी बड़ी पे रोटी खा ले ए मोटे दिमाग दी खा ले रोटी 5 रुपए ना रजेंगी तू अज तो भाई ठंडी बड़ी हो गई की करी जन्ने भैन जी बे मैं तो कुछ नहीं करदी ना जरा ਹਾਂ ਮੈਂ ਸਾਨੂੰ ਹੱਥ ਜਾ ਮਾਰਨ ਗਈ ਸੀ ਓਹੋ ਇਹਦਾ ਮੈਂ ਆਪੇ ਹੀ ਕਰ ਦਿੰਦਾ ਤੁਸੀਂ ਕਾਹਨੂੰ ਖੇਚਲਾ ਕਰਦੇ ਹੋ ਲੈ ਜਿੰਨਾ ਕੁ ਕੰਮ ਬਣਦਾ ਉਹਨਾਂ ਕੁ ਤਾਂ ਕਰਨਾ ਹੀ ਪੈਂਦਾ ਫਿਰ ਤਾਂ ਮਾੜਾ ਜਿਹਾ ਉਰੇ ਬੈਠਾ ਤੁਹਾਡੇ ਨਾਲ ਗੱਲ ਕਰਨੀ ਇੱਕ ਅਹੀ ਜੀ ਕੀ ਤਾਣੀ ਉਲਝ ਗਈ ਤੇਰੀ ਬੈਠੋ ਤਾਂ ਸਹੀ ਬਿਨਾਂ ਗੱਲ ਨਹੀਂ ਹੁੰਦੀ ਹਾਂ ਬੈਠੋ ਬੈਠੋ ਮਾੜਾ ਜਾ ਹਾਂ ਦੱਸ ਮੈਂ ਕਹਿੰਦਾ ਦੀ ਭੈਣ ਜੀ ਤੁਹਾਨੂੰ ਵੀ ਆਪਣੀ ਜਿਹੜੀ ਮੌਕੇ ਦੀ ਸਰਕਾਰ ਆਪਣੇ ਘਰ ਦੀ ਉਹਦਾ ਹੁਕਮ ਆ ਗਿਆ ਸੀ ਵੀ ਮੇਰੇ ਬੇਬੇ ਨੂੰ ਜਾ ਕੇ ਕਹਿ ਦੀ ਸੰਦੀਪ ਦੀ ਗੱਲ ਕਰਦਾ ਮੈਂ ਅੱਛਾ ਹਾਂ ਕਹਿੰਦੇ ਤੁਸੀਂ ਨਾ ਸਮਝੋ ਸਮਝਦੀਆਂ ਦੱਸ ਹਾਂ ਉਹ ਕਹਿੰਦਾ ਮੇਰੇ ਬੇਬੇ ਨੂੰ ਜਾ ਕੇ ਕਹਿ ਦੀ ਵੀ 200 ਰੁਪਿਆ ਡੇਲੀ ਤੈਨੂੰ ਦੇ ਰਿਆ ਕਰੂਗੀ ਹੁਣ ਤੁਸੀਂ ਮੈਨੂੰ 200 ਰੁਪਿਆ ਦੇ ਦਿਓ ਬੇ ਨਜ਼ਰਾ ਕਾਹਨੂੰ ਕਾਮਣੀਆਂ ਗੱਲਾਂ ਕਰਦਾ ਹੁੰਦਾ ਪਾਣੀ 'ਚ ਮਧਾਣੀ ਪਾਉਂਦਾ ਫਿਰਦਾ ਨਾਲੇ ਤੈਨੂੰ ਪਤਾ ਮੇਰੇ ਕੋਲ ਕਿੱਥੇ ਨੇ ਪੈਸੇ
जो मैनू देन तो मैं तेन दे दया समा तू ए कर कर जे तेन देंगे होंगे 100-200 रुपये वो भी पाँ मैनू भी दे दया कर मैं दवाई लिया कर भाई आप नहीं पता देखा आप तो हुक्म दे बने उपरों हुक्म हो गया कहना मेरी बीबी तो जाके ले लै पैसे ਹੁਣ ਤੁਸੀਂ ਮੈਨੂੰ ਪੈਸੇ ਦਿਓ ਜਿੱਥੋਂ ਮਰਜ਼ੀ ਖੰਨਾ ਖੁੰਜਾ ਚੋਂ ਲਿਆ ਕੇ ਦਿਓ ਕੱਢ ਕੇ ਲਹਦ ਹੋਈ ਆ ਵੇ ਮੈਂ ਤਾਂ ਘਰ ਦੇ ਕੰਮਾਂ ਦੀ ਬੱਧੀ ਆ ਤੂੰ ਹੁਕਮ ਕਰਦਿਆ ਹੋਇਆ ਹੈ ਮੈਂ ਤਾਂ ਘਰ ਦੇ ਕੰਮ ਕਰਦੀ ਆ ਵੀਰ ਮੈਨੂੰ ਪੈਸੇ ਧੇਲੇ ਦਾ ਨਹੀਂ ਪਤਾ ਉਹਦਾ ਕਰਨੈਲ ਨੂੰ ਪਤਾ ਹੈ ਜਾਂ ਉਹੀ ਗੱਲ ਹੈ ਕਿ ਸੰਦੀਪ ਨੂੰ ਪਤਾ ਇਹ ਤਾਂ ਫਿਰ ਨਾ ਸਮਝਾਂ ਮੈਂ ਵੀ ਹੁਣ ਤੁਸੀਂ ਦੇਣੇ ਨਹੀਂ ਪੈਸੇ ਹਨਾ ਭਲਾ ਮੈਂ ਕਿੱਥੋਂ ਦੇਵਾਂਗੀ ਨਾ ਸਮਝ ਚਾਹੇ ਹਾਂ ਸਮਝ ਮੇਰੇ ਕੋਲ ਤਾਂ ਕੋਈ ਪੈਸਾ ਹੈ ਹੀ ਨਹੀਂ ਨਾਜਰਾ ਕਿਉਂ ਉਹੀ ਗੱਲ ਹੈ ਕਿ ਪਰਦੇ ਫਰੋਲਦਾ ਹੁੰਦਾ ਹੈ ਮੈਨੂੰ ਤਾਂ ਕੋਈ ਦਵਾਈ ਨੂੰ ਪੈਸਾ ਨਹੀਂ ਦਿੰਦਾ ਇਹ ਤਾਂ ਭਾਈ ਫਿਰ ਤੁਹਾਡੀ ਬਾਲੀ ਮਾੜੀ ਗੱਲ ਹੈ ਤਾਂ ਉਹ ਗੱਲ ਹੋ ਗਈ ਇੱਕ ਬੰਦਾ ਮਾਰਦਾ ਦੂਜਾ ਬਰਿਆਉਂਦਾ ਉਹ ਤਾਂ ਜਾ ਕੇ ਮੈਨੂੰ ਬੜਿਆ ਲੈਂਦਾ ਇੱਧਰ ਤੁਸੀਂ ਫਿਰ ਮੈਨੂੰ ਉਹੀ ਛਿੱਤਰ ਮਾਰਨ ਵਾਲਾ ਕੰਮ ਕਰ ਦਿੰਦੇ ਹੋ ਮੇਰੀ ਗੱਲ ਸੁਣ ਲੈਣਾ ਜਰਾ ਨਾ ਮੈਨੂੰ ਬਰਿਆਉਣ ਦਾ ਪਤਾ ਹੈ ਨਾ ਮੈਨੂੰ ਰਵਾਉਣ ਦਾ ਪਤਾ ਸਮਾਂ ਮੈਂ ਤਾਂ ਹੂਹੀ ਹੂਹੀ ਨੂੰ ਤਰਸਦੀ ਫਿਰਦੀਆਂ ਉਹਨਾਂ ਨਾਲ ਹੀ ਕਰ ਲੈ ਗੱਲ ਸਮਾਂ ਨਾਲ ਪੰਜ ਛਿੱਕਾ ਮੈਨੂੰ ਵੀ ਦੇ ਦਿਆ ਕਰੀ 200 ਦੀ ਗੱਲ ਹੋਈ ਆ ਤੁਸੀਂ ਤਾਂ ਐਂ ਕਹਿੰਦੇ ਵੀ ਵਿੱਚੋਂ ਅੱਧੇ ਮੈਨੂੰ ਦੇ ਦੇ ਕਮਾਲ ਕਰ ਦਿਓ ਜਮੀ ਇਹ ਸਲਾਹ ਹੋ ਕੀ ਰਿਹਾ ਮੈਨੂੰ ਐਂ ਸਮਝ ਨਹੀਂ ਆ ਰਹੀ ਹੈ ਵਿੱਚੋਂ ਤਾਂ ਬਾਈ ਇਹਨਾਂ ਦੀ ਇੱਕੋ ਗੱਲ ਹੈ ਬਾਲਾ ਸਿਆ ਟੱਬਰ ਹੈ ਮੇਰਾ ਸਾਲਾ ਤੁਸੀਂ ਐਂ ਦੇਖ ਲਓ ਕੋਈ ਨਹੀਂ ਹੱਥ ਤਰਾਉਂਦਾ ਇੱਕ ਜਣਾ ਬਰਿਆ ਕੇ ਤੋਰ ਦਿੰਦਾ ਦੂਜਾ ਬੰਦਾ ਛਿੱਤਰ ਮਾਰਦਾ ਬਾਈ ਬਾਲੀ ਗੁਲਾਮੀ ਕੱਟ ਰਿਹਾ ਮੈਂ ਤਾਂ ਮੈਨੂੰ ਐਂ ਸਮਝ ਨਹੀਂ ਆਉਂਦੀ ਵੀ ਮੇਰੀ ਐਡੀ ਗੈਰਤ ਕਾਹਤੋਂ ਮਰ ਗਈ ਮੈਂ ਤਾਂ ਜਮੀ ਬੇਗੈਰਤ ਹੋ ਗਿਆ ਯਾਰ ਤੂੰ ਫਿਰ ਗਲਤੀਆਂ ਤਾਂ ਆਪਦੀ ਨੇ ਭਾਈ ਪੂਰੇ ਬੈਠੇ ਅਗਲੇ ਦੇ ਚਲੋ ਲਾਭੋ ਆਉਂਦੀ ਹੈ ਇਹਨੂੰ ਤਾਂ ਨਹੀਂ ਪਤਾ ਵੇ ਖਾ ਲੈ ਡਿੱਕੇ ਅੰਦਰ ਤਾਂ ਮੈਂ ਸਾਨੂੰ ਖੁਰਬੜੀ ਕਰ ਰੱਖੀ ਹੈ ਗੇੜੇ ਤੇ ਗੇੜਾ ਦੇ ਰੱਖੇ ਨੇ ਪੁੱਤੀਆਂ ਜਮੀਨ ਖੜਦੀਆਂ ਕਿੱਲੇ ਦੇ ਡਿੱਕੇ ਵੀ ਡਿੱਕੇ ਬਹਿ ਜਾਣ ਹੁਣ ਆਹ ਹਾਲਾਤ ਹੋ ਗਏ ਨਾ ਡੰਗਰਾਂ ਵਿੱਚ ਦੀ ਗਾਲਾਂ ਕੱਢਦੀਆਂ ਇੱਧਰ ਹਿੱਕ ਚ ਵੱਜਣਾ ਜੇ ਜ਼ੋਰ ਹੈਗਾ ਓਹੋ ਜਿਹਨੀ ਮੈਂ ਕੀ 12 ਬੋਰ ਦੀ ਚੱਕੀ ਫਿਰਦੀਆਂ ਹਿੱਕ ਚ ਵੱਜਣ ਨੂੰ ਹਾਂ ਮੈਂ ਮੇਰੇ ਡੰਗਰਾਂ ਨੂੰ ਕਿਹਾ ਮੈਂ ਤੈਨੂੰ ਤਾਂ ਕੁਛ ਕਿਹਾ ਤੂੰ ਉਈ ਗਾਲ ਪੈਂਦੀ ਫਿਰਦੀਆਂ ਉਈ ਨਹੀਂ ਗਾਲ ਪੈਂਦੀ ਮੈਨੂੰ ਪਤਾ ਗਾ ਗਾਲਾਂ ਤਾਂ ਤੂੰ ਮੈਨੂੰ ਕੱਢਦੀਆਂ ਦੇਖ ਕੇ ਡੰਗਰਾਂ ਦਾ ਤੂੰ ਬਹਾਨਾ ਲੈ ਰੱਖਿਆ ਲੈ ਫਿਰ ਮੈਨੂੰ ਤੇਰਾ ਕੋਈ ਡਰ ਮਾਰਦਾ ਮੈਂ ਆਪਦੇ ਬਾਰ 'ਚ ਖੜ ਕੇ ਗਾਲਾਂ ਦੇਵਾਂ ਚਾਹੇ ਰੋਵਾਂ ਚਾਹੇ ਪਿੱਟਾਂ ਤੇਰੇ ਤਾਂ ਮਤਬਲੇ ਨਹੀਂ ਬਣਦਾ ਇਹ ਤਾਂ ਮੈਂ ਚੁੱਪ ਕਰ ਜਾਣੀ ਆ ਕਿ ਸਾਨੂੰ ਹੋਰ ਨੂੰ ਕੱਢ ਕੇ ਦੇਖ ਨਾ ਅੱਥਣ ਨੂੰ ਸਰਪਾੜ ਕੇ ਹਸਪਤਾਲ 'ਚ ਪਾਈ ਹੋਵੇ ਹੋਰ ਕੀ ਮੈਨੂੰ ਕੋਈ ਕੈਦ ਕਰਾ ਦੂਗਾ ਕੀ ਗੱਲ ਹੋਰ ਲਿਆ ਜਿਹਨੂੰ ਬੁਲਾਉਣਾ ਬੁਲਾ ਲੈ ਤੂੰ ਟਿਕ ਜਾ ਮੈਨੂੰ ਲੱਗਦਾ ਤੇਰੀ ਉਹਦੇ ਵਾਲੀ ਗਰਦਨ ਹਜੇ ਤੱਕ ਠੀਕ ਨਹੀਂ ਆਈ ਜਿਹੜਾ ਤੈਨੂੰ ਜੱਫਾ ਲੱਗਾ ਤੇ ਟਕੀ ਰਹਿ ਅੱਜ ਕੋਈ ਹੈ ਵੀ ਨਹੀਂ ਮੈਂ ਚੰਗੀ ਤਰ੍ਹਾਂ ਰਗੜ ਕੇ ਜਾਊਂਗੀ ਫਿਰ ਦੇਖ ਨਹੀਂ ਤੂੰ ਜਾਣ ਦੇ ਰਗੜਨਾ ਹੋ ਗਿਆ ਕੌਣ ਕਿਹਨੂੰ ਰਗੜੀ ਜਾਂਦਾ ਰਗੜਨ ਵਾਲੇ ਮਰ ਗਏ ਕੱਤੇ ਦੀ ਬਿਮਾਰੀ ਚ ਲੈ ਦੇਖ ਲੈ ਦੇਖ ਲੈ ਹੱਥ ਤੂੰ ਆਪਦੇ ਘਰੇ ਵਗ ਜਾ ਜਾ ਬਚ ਨਾ ਮੈਂ ਤਾਂ ਰਸਤੇ ਚ ਨੰਗੀ ਜਾਂਦੀ ਤੂੰ ਗੱਲ ਪੈਂਦੀ ਫਿਰਦੀ ਇਹਦਾ ਰਸਾ ਰੁਸਾ ਪਾ ਲਿਆ ਕਰ ਕੀ ਗੱਲ ਤੇਰੇ ਰਸੇ ਕਿਸੇ ਕੰਜਰ ਨੇ ਪਾਇਆ ਹੀ ਨਹੀਂ ਤੂੰ ਖੁੱਲੀਆਂ ਕਰਦੀ ਫਿਰਦੀ ਹੈ ਤੂੰ ਕਰਨਾਲ ਦੇ ਨਹੀਂ ਪਾ ਸਕਦੀ ਹਾਂ ਹੱਦ ਹੋ ਰਹੀ ਆ ਚੁੱਕਦੀ ਫਿਰਦੀ ਹਾਂ ਚੱਲ ਤੂੰ ਅੰਦਰ ਮੈਂ ਕਿਉਂ ਤੂੰ ਪੰਗੇ ਲੈਣ ਤੇ ਮੈਂ ਕੀ ਪੰਗੇ ਲੈਣੀ ਆ ਨਪੁੱਤੀਆਂ ਉਹੀ ਖਾਈਆਂ ਫਿਰਦੀਆਂ ਨੇ ਉਹ ਨਾਜਰ ਬੈਠਾ ਬਿੜਕਾ ਲੈਂਦੀ ਫਿਰਦੀ 10 ਗੇੜੇ ਲਾ ਗਈ ਪਰ ਮੈਨੂੰ ਬੋਲਣਾ ਪਿਆ ਤੂੰ ਤਾਂ ਨਾ ਮਾੜੀ ਹੋ ਉਹਦੇ ਨਾਲ ਕਿਵੇਂ ਨਾ ਹੋਵਾਂ ਕਿ ਉਮਰ ਦੀ ਲਿਹਾਜ਼ ਕਰ ਲੈ ਕਰ ਤੇਰੇ ਦੌਰਾ ਜਾਊਗਾ ਪੈ ਜਾਂਦੇ ਪੈ ਜਾਂਦੇ ਸਿਆਪਾ ਮੁੱਕ ਜੂ ਪਰੇ ਮੇਰਾ ਨਾਲ ਮੇਰੀ ਗੱਲ ਸੁਣ ਦੌਰਾ ਤਾਂ ਮੇਰੇ ਪਊਗਾ ਕੰਜਰਾ ਸਿਆਪੇ ਮੇਰੀ ਜਾਨ ਨੂੰ ਛੇੜ ਕੇ ਪਰਾ ਹੁਣ ਉਹ ਨਾਜਰ ਨੂੰ ਕਿਹਾ ਹੋਣਾ ਵੀ ਮੇਰੀ ਮਾਂ ਤੋਂ 200 ਰੁਪਏ ਲੈ ਲਈ ਮੇਰੇ ਕੋਲ ਕਿਹੜੀ ਚੈੱਕ ਫੜਾਏ ਨੇ ਕਿਹਨੇ ਕਿਹਾ ਉਹਨੂੰ 200 ਰੋਜ਼ ਦਾ ਤੈਨੇ ਕਿਹਾ ਕਹਿੰਦਾ ਸੰਦੀਪ ਨੇ ਕਿਹਾ ਆ ਜਾ ਮੈਂ ਪੁੱਛਦਾ ਪੁੱਛ ਲੈ ਮੈਂ ਕਦੋਂ ਕਿਹਾ ਉਹਨੂੰ ਪੁੱਛ ਨਾ ਪੁੱਛ ਲੱਲੀਆਂ ਲਾ ਕੇ ਪਰਾਂ ਹੁੰਨਾ ਸਤਿ ਸ੍ਰੀ ਅਕਾਲ ਜੀ ਸਤਿਕਾਰਯੋਗ ਫੱਫੜ ਜੀ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਹੱਥ ਲਾ ਲੈਣਾ ਤੁਹਾਡੇ ਜੀ ਨਹੀਂ ਨਹੀਂ ਐਡੀ ਖੇਚਲਾ ਨਾ ਕਰੋ ਮੈਂ ਤਾਂ ਕਹਿੰਦਾ ਵੀ ਆਪ ਜੀ ਨੇ ਸਤਿ ਸ੍ਰੀ ਅਕਾਲ ਕਿਵੇਂ ਬੁਲਾਈ ਮੈਂ ਬੁਲਾਉਣਾ ਹੁੰਨਾ ਤੁਹਾਨੂੰ ਤਾਂ ਪਹਿਲਾਂ ਮੈਨੂੰ ਐ ਦੱਸ ਸਾਰੀਆਂ ਗੱਲਾਂ ਸਾਡੇ ਫੱਫੜਾ ਹਾਂਜੀ ਫੱਫੜਾ ਮੈਨੂੰ ਐ ਦੱਸ ਮੈਂ ਤੈਨੂੰ ਕਦੋਂ ਕਹਿਤਾ ਵੀ ਮੈਂ ਤੈਨੂੰ ਰੋਜ਼ 200 ਰੁਪਿਆ ਦਿਆ ਕਰੂੰ 200 ਹਾਂ ਮੈਂ ਵੀ ਨਹੀਂ ਕਿਹਾ ਮੈਂ ਕਿਹੜਾ ਕੁਝ ਕਿਹਾ ਬਈ ਆਪਾਂ ਜੀ ਮੇਰੀ ਕੰਨੀਆਂ ਖੜੀਆਂ ਮੇਰੀ ਮਾਂ ਨੂੰ ਕਿਹਾ ਹੋਊਗਾ ਤੇ ਕੀ ਕਿਹਾ ਤੇਰੀ ਮਾਂ ਨੇ ਪੁੱਛ ਲੈ ਤੁਸੀਂ ਫਰਮਾਓ ਮੈਂ ਕੀ ਫਰਮਾਉ ਪੁੱਛ ਰਿਆ ਸੀ ਤੁਸੀਂ ਦੱਸ ਮੈਂ ਹੁਣ ਹਾਏ ਵੇ ਮੈਂ ਮਰ ਜਾ ਚੌਰਾ ਤੇਰਾ ਬਹਿ ਜੇ ਬੇੜਾ ਤੇ ਕਿਹਾ ਨਹੀਂ ਮੈਨੂੰ ਵੀ ਹਾਂ 200 ਰੁਪਿਆ ਮੈਨੂੰ ਸੰਦੀਪ ਨੇ ਕਿਹਾ ਡੇਲੀ ਦਾ ਦਿਆ ਕਰੋ ਦੇਖ ਸੰਦੀਪ ਮੇਰੀ ਗੱਲ ਸੁਣ ਮੈਨੂੰ ਪਤਾ ਮੈਂ ਸਮਝਦਾ 200 ਰੁਪਿਆ ਬਈ ਐਡੇ ਵੱਡੇ ਘਰ ਚ ਹੁੰਦਾ ਨਹੀਂ ਹੈ ਐ ਨਹੀਂ ਇਹ ਗੱਲ ਫਫੜਾ ਮੈਂ ਤਾਂ ਇਹ ਕਿਹਾ ਵੀ ਅੱਜ ਦੇ ਦਿਓ ਜੇ ਭਾਈ ਤੁਹਾਡਾ ਹੱਥ ਪੈਂਦਾ ਜੇ ਤੁਹਾਡਾ ਸਰਦਾ ਜੇ ਤੁਸੀਂ 200 ਰੁਪਿਆ ਦੇ ਸਕਦੇ ਹੋ ਹੋਰ ਨਹੀਂ ਕੋਲ 200 ਵੀ ਨਹੀਂ ਤੂੰ ਹੀ ਜਮਾ ਸਾਨੂੰ ਥੱਲੇ ਗਿਰੀਆਂ ਨੇ ਇਹਨੂੰ ਸ਼ਰਮ ਨਹੀਂ ਆਉਂਦੀ ਮੁੱਕਰ ਦੇ ਨੂੰ ਹੁਣ ਗੱਲ ਕਹਿ ਕੇ ਦੇਖ ਲੈ ਸਿਆਣਾ ਬੈਣਾ ਹੋ ਕੇ ਹੁਣ ਮੁੱਕਰੀ ਜਾਂਦਾ ਕਹਿੰਦਾ ਮੈਂ ਕਦੋਂ ਮੰਗੇ ਨੇ ਤੈਨੂੰ ਬਾਈ ਐਂ ਕਿਹਾ ਤੀਗਾ ਵੀ ਕਦੇ ਕਦੇ ਜੇ ਤੈਨੂੰ ਲੋੜ ਪੈਂਦੀ ਆ 100 200 500 ਤੱਕ ਤੂੰ ਮੈਥੋਂ ਫੜ ਲਿਆ ਕਰ ਫਿਰ ਉਹ ਕਦੇ ਅੱਜ ਹੀ ਆ ਫਿਰ ਤੂੰ ਤਾਂ ਮੇਰੀ ਮਾਂ ਨੂੰ ਕਹੀ ਜਾਂਦਾ ਵੀ ਮੇਰਾ 200 ਰੁਪਿਆ ਬੰਨ ਦੋ ਡੇਲੀ ਦਾ ਨਾ ਨਾ ਐ ਨਹੀਂ ਮੈਂ ਕਿਹਾ ਅੱਜ ਤਾਂ ਫਿਰ 30,000 ਰੁਪਿਆ ਮਹੀਨਾ ਹੋ ਜੂਗਾ ਮੈਂ ਪੈਣ ਜੀ ਆਖਤ ਕਹੇਗਾ ਕਾਹਨੂੰ ਕਿਹਾ ਤੈਂ ਚੁੱਪ ਕਰ ਜਾ ਸਾਡੇ ਘਰੇ ਕਲੇਸ਼ ਪੈ ਜੂਗਾ ਮੈਨੂੰ ਐ ਦੱਸ ਤੂੰ 200 ਦਾ ਕੰਮ ਕਰਦਾ 200 ਦਾ ਤੂੰ ਕੰਮ ਨਹੀਂ ਕਰਦਾ 500 ਦੀ ਤੂੰ ਦਾਰੂ ਪੀਨਾ ਹੈ ਬਸ ਕਰਿਆ ਕਰ ਫਫੜਾ ਮੇਰੇ ਕੋਲੇ ਹੋਰ ਘਰੇ ਆ ਕੇ ਹੋਰ ਅਸੀਂ ਮੇਰੇ ਸਾਡੇ ਘਰੇ ਪੈਸੇ ਬਣਾਉਣੇ ਆ
ਮੇਰਾ ਸਾਲਾ ਜਿਹੜਾ ਜੀ ਆ ਹਰੇਕ ਕਹਿੰਦਾ ਇਹ ਘਰ ਨੂੰ ਲੁੱਟ ਲਈਏ ਲਾ ਸੀਰੀ ਤੋਂ ਲਾ ਰਾਮੇ ਤੋਂ ਮੇਰਾ ਪਾਪਾ ਵਿੱਚ ਹੀ ਆ ਗਿਆ ਸਹੀ ਗੱਲ ਆ ਭਾਈ ਇਹ ਤਾਂ ਭਾਈ ਕੀ ਪਸੌਰ ਵਾਲੇ ਪੱਕੇ ਦਰਵਾਜੇ ਵਾਲਾ ਹਾਲ ਹੋ ਗਿਆ ਤੁਹਾਡੇ ਘਰ ਦਾ ਹੋਈ ਪਿਆ ਬਈ ਕੀ ਥਾਈ ਬਣ ਦੇਊਂਗਾ ਮੈਂ ਬਈ ਥਾਈ ਬਣ ਗਈ ਤਾਂ ਤੁਹਾਨੂੰ ਤਾਂ ਦਾਰੂਆਂ ਚਾਹੀਦੀਆਂ ਨੇ ਮੀਟ ਚਾਹੀਦੇ ਨੇ ਰੋਜ਼ ਕਿੱਥੋਂ ਮੈਂ ਲੈ ਕੇ ਦੇਊਂਗਾ ਤੁਹਾਨੂੰ ਦੇਖ ਭਾਈ ਇਹ ਪਤਾ ਅੱਜ ਬਗਾਰ ਪਾਈਤੀ ਉਹ ਵੀ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਬਸ ਬਈ ਮੈਂ ਤੇਰੇ ਪੈਰੀਆਂ ਹੱਥ ਲਾ ਨਾ ਮੈਥੋਂ ਪੈਸੇ ਨਹੀਂ ਦਿੱਤੇ ਨਹੀਂ ਨਹੀਂ ਬੇਟਿਆ ਕੋਈ ਗੱਲ ਨਹੀਂ ਮੇਰੇ ਤਾਂ ਹੱਥ ਖੜੇ ਨੇ ਤੁਹਾਡੇ ਕੋਲ ਮੈਂ ਤਾਂ ਤੁਹਾਡੇ ਜਮਾ ਕਹਿਣੇ ਤੋਂ ਬਾਹਰ ਨਹੀਂ ਜੇ ਨਹੀਂ ਦੇ ਸਕਦੇ ਭਾਈ ਕੋਈ ਗੱਲ ਨਹੀਂ ਤੁਸੀਂ ਐਵੇਂ ਵਿਆਜ ਭਰੋਗੇ 200 ਦਾ ਨਾ ਦਿਓ ਭਾਈ ਹਾਂ ਦਾਦੂ ਮੈਂ ਕਰੂੰ ਦੱਕਰੇ ਅੱਜ ਉਹ ਤਾਂ ਮੈਂ ਦਿਖਾਉਂਗਾ ਮੈਂ ਖੜਾ ਨਾ ਫਟੇ ਜੇ ਫਿਰ ਖੜ ਜਾ ਉੱਤੇ ਪੁਲਾਂ ਤੇ ਚੱਲ ਮੈਂ ਵੀ ਨਹੀਂ ਛੱਡਦਾ ਪਾੜੂਆਂ ਜੀ ਜਿਆਦੇ ਜਵਾਨੀ ਚੜੀ ਹੋਈ ਆ ਕੋਈ ਮੈਂ ਲਾਹੂ ਉਹਦੇ ਚੱਲ ਇਹੋ ਜਿਹੇ ਸਿਆਣਾ 'ਚ ਵੀ ਕਾਹਦੀਆਂ ਨੇ ਮੁਲਾਕਾਤਾਂ ਆਰਾਮ ਸਿਆ ਮੇਰਾ ਥੋੜ੍ਹਾ ਹੋਰ ਹੀ ਪੰਗਾ ਲੈ ਲਿਆ ਮੈਂ ਤਾਂ ਉਹ ਠੱਕਾ ਚੱਲਦਾ ਥੱਲੇ ਦੇਖਾ ਮਾੜੀ ਮੋਟੀ ਜਿੰਨ ਗਿਆ ਸਹੂ ਡੱਬੀ ਡੁੱਬੀ ਨਹੀਂ ਹੈਗੀ ਜੇ ਬੰਦਾ ਆਪਣਾ ਬੀੜੀ ਬੂੜੀ ਪੀਂਦਾ ਚੱਲ ਤੂੰ ਹੀ ਤਾਂ ਲਾ ਸਕਦਾ ਡੱਬੀ ਨਾਲ ਆ ਜਾ ਮੇਰੀ ਜਾਨੀ ਜਾਨ ਨਿਕਲਦੀ ਜਾਂਦੀ ਆ ਨਹੀਂ ਆ ਜਾ ਪਾਲੋ ਨਹੀਂ ਆ ਜਾ ਪਾਲੋ ਕਾਹਨੂੰ ਸੁਣਦੀਆਂ ਨੇ ਹੁਕਾਂ ਉਹ ਕਹਿੰਦੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਨਹੀਂ ਆ ਜਾ ਪਾਲੋ ਪਾਲਾ ਨਹੀਂ ਦਿੰਦਾ ਤੈਨੂੰ ਮੈਂ ਕਰ ਓਏ ਕਿਹੜਾ ਆ ਗਿਆ ਉਹ ਦੇਖੀ ਲੁੱਟ ਖੋਲ ਲੈ ਮੇਰੇ ਸਾੜ ਦੀ ਮੰਨਦਾ ਫੜ ਲਵਾ ਓ ਕੌਣ ਹੈ ਆ ਉਹ ਨਹੀਂ ਛੱਡ ਜਾ ਓਹੋ ਛੱਡੋ ਛੇਰ ਨਹੀਂ ਛੱਡਦਾ ਚੁੱਠੀਆਂ ਛੱਟਕੇ ਆਉਂਦਾ ਤੂੰ ਇੱਥੇ ਕਿਦੋਂ ਪਰਾ ਹੋ ਨਹੀਂ ਮਾਰਨਾ ਨਾ ਛੱਡ ਜਾ ਮੈਨੂੰ ਐਂ ਦੱਸੋ ਤੁਸੀਂ ਫਿਰਦੇ ਕਿੱਧਰ ਹੋ ਨਾਤੀ ਤਾਂ ਨਹੀਂ ਉਰੇ ਓਏ ਗੱਲ ਤਾਂ ਸੁਣੋ ਨਹੀਂ ਇੱਥੇ ਕੀ ਗੱਲ ਲੋਕ ਇਹਨੇ ਡਿਊਟੀ ਲਿਆ ਦੀ ਤੁਹਾਡੀ ਸੂਆ ਸਾਫ ਕਰਨ ਦੀ ਇਹੋ ਜਿਹਾ ਕੰਮ ਕਰਾਂਗੇ ਅਸੀਂ ਚਿੱਠੀ ਧਰੀ ਹੋਵੇ ਸਾਂਭ ਲੱਗੇ ਮੁੱਕਰ ਜਾ ਹੁਣ ਮੈਂ ਕਿਉਂ ਮੈਂ ਨਹੀਂ ਤੇਰੀ ਮੁੱਕਰ ਗਿਆ ਕਹਿੰਦਾ ਮੁੱਕਰ ਗਿਆ ਉਹ ਨਹੀਂ ਗੱਲ ਸੁਣਾ ਮੈਂ ਨਹੀਂ ਤੇਰੀ ਚਿੱਠੀ ਨਾ ਮੇਰੀ ਐਂ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਮੈਨੂੰ ਤਾਂ ਆਉਂਦੀ ਹਾਂ ਦੱਸ ਚਿੱਠੀ ਅੰਗਰੇਜ਼ੀ ਜਿਹਦੀ ਕੀ ਪੰਜਾਬੀ ਚ ਪੰਜਾਬੀ ਚ ਤੀਹੋ ਕਾਲ ਮੈਂ ਨਹੀਂ ਅੰਗਰੇਜ਼ੀ ਤਾਂ ਮੈਨੂੰ ਆਉਂਦੀ ਨਹੀਂ ਅੰਗਰੇਜ਼ੀ ਫਿਰ ਮੈਨੂੰ ਪੰਜਾਬੀ ਨਹੀਂ ਆਉਂਦੀ ਮੈਂ ਤਾਂ ਗੱਲ ਕਰਦਾ ਅੰਗਰੇਜ਼ੀ ਚ ਜੂ ਸ਼ਟ ਅਪ ਪਰਸਨ ਜੂ ਸ਼ਟ ਅਪ ਤੂੰ ਕਹਿ ਜਾ ਰੂਟ ਪੜਿਆ ਮਲੰਗੂ ਆ ਝੂਠ ਮਾਰਦਾ ਵੱਡਾ ਅੰਗਰੇਜ਼ੀ ਦਾ ਦੇਖਣਾ ਹੁੰਦਾ ਇਹ ਦੇਖੀ ਨਾ ਮੈਂ ਫਿਰ ਐ ਮਾਰੇਗਾ ਗੱਲ ਦਾ ਹੀ ਦੇਖ ਲਈ ਪਲੋਤੋਂਦੀ ਜਾਊ ਮੈਂ ਮਾਰਦਾ ਨਹੀਂ ਕੱਟੇ ਭਾਈ ਮੈਂ ਤਾਂ ਉਂ ਫੜੀ ਤੀ ਇਹ ਤਾਂ ਇੱਧਰ ਮੌਤ ਕਣੀ ਮੂੰਹ ਕਰ ਮੜਾ ਗੱਲ ਜਾ ਪਲੋਤੋਂਦੀ ਜਾਊ ਮੈਂ ਤਾਂ ਐ ਕਹਿਣਾ ਨਹੀਂ ਮੈਂ ਜਿਹੜੀ ਗੱਲ ਸੁਣ ਲਓ ਮੈਂ ਤਾਂ ਲਿਖਦਾ ਅੰਗਰੇਜ਼ੀ ਚ ਠੀਕ ਹੈ ਜਾਂ ਫਿਰ ਲਿਖਦਾ ਮੈਂ ਖੂਨ ਨਾਲ ਮੈਂ ਤਾਂ ਬਲੇਟ ਮਾਰ ਮਾਰ ਕੇ ਚਿੱਠੀਆਂ ਫੇਰ ਲਿਖਦਾ ਉਹ ਆਸਕਾ ਲੱਡੂ ਆਸਕਾ ਚ ਨਹੀਂ ਹੈਗਾ ਮੈਂ ਕਿਤੇ ਫਿਰਦਾ ਹਾਂ ਵੱਡਾ ਆਸਕ ਮਲੰਗ ਛਾਣਾ ਡੇਗ ਲਾ ਓਏ ਖੜ ਜਾ ਲੈ ਇੱਕ ਮਿੰਟ ਖੜੀ ਹਾਂ ਆਹ ਦੇਖ ਖੜ ਜਾ ਉਧਰ ਤਾਂ ਦੋ ਪਰਾਂਟੀ ਲੈ ਪੱਲ ਤਾਂ ਹੋ ਗਿਆ ਓਏ ਇਹਨਾਂ ਨੂੰ ਸਮਝਾਗਾ ਇਹ ਕਿੱਥੋਂ ਆ ਗਈ ਓਏ ਅੱਖਾਂ ਚ ਪਾ ਗਿਆ ਕੱਟਾ ਵਾ ਕੱਟ ਆਇਓ ਉਡਲਾ ਓ ਤੂੰ ਪਿਸਟਲ ਕੱਟ ਪਿਸਟਲ ਤੂੰ ਵਗਦਾ ਤਾਂ ਮਗਰ ਮਰਦਾ ਤਾਂ ਇੱਥੇ ਕੀ ਕਰਦਾ ਤੂੰ ਭੱਜ ਲਾ ਤਾਂ ਚੋਰਾਂ ਨੂੰ ਮੋੜ ਪੈ ਗਏ ਭੱਜ ਲਾ ਮੈਂ ਪਹਿਲੀ ਚੋਰੀ ਪਹਿਲਾ ਫਾਹਾ ਗਾਹਾਂ ਹੋ ਜਾ ਕਾਕੇ ਦੋ ਪਰ ਪੜਦੇ ਹਾਏ ਬੈਠਿਆ ਓਏ ਲੌਂਗ ਕੱਢ ਕੇ ਤਾਂ ਉਹਦਾ ਭੱਜ ਗਿਆ ਕੋਈ ਫਾਇਦਾ ਨਹੀਂ ਭਾਈ ਖੁਲਾ ਪੁਲਾ ਨਹੀਂ ਕਹੇ ਜਿਹਾ ਪਲੰਗਾ ਪਰਦਾ ਭਰਤੀ ਹੋ ਗਿਆ ਹੁੰਦਾ ਹੁਣ ਨੂੰ ਕਾਕੇ ਉਹ ਉਹਦਾ ਲਾਪਤੀ ਹੋ ਗਿਆ ਸੂਏ ਚ ਦੀਵੀ ਨਹੀਂ ਗਿਆ ਗੋਲੀ ਮਾਂਗੂ ਹੀ ਝਾੜ ਗਿਆ ਓਏ ਹੋਰ ਆ ਟਕਾਣਾ ਦਾਦਾ ਮੈਨੂੰ ਪਤਾ ਹੈ ਉੱਥੇ ਬਾਅਦ ਜਾ ਟਕਾ ਲਏ ਕੋਈ ਚੱਕਰ ਹੀ ਨਹੀਂ ਪਰ ਜਿਹੜਾ ਅੱਖਾਂ 'ਚ ਘੱਟਾ ਪਾ ਗਿਆ ਦਲਾ ਯਾਦ ਰਹੂ ਦੇਖ ਲੈ ਕਿਵੇਂ ਰੋਲ 'ਤੇ ਸੂਇਆਂ ਚੱਜ ਕੋਈ ਨਾ ਫੇਰ ਫਸੂਗਾ ਤੈਨੂੰ ਹੀ ਖਵਾਈਆਂ ਬੱਕਰੇ ਦਾ ਚਾਰ ਮੈਂ ਛੈਲੋ ਛੈਲ ਬੁੱਕ ਜਿਹਾ ਦੇਖ ਲਾ ਬੈਠਾ ਦੂਰ ਡੰਗ ਨਹੀਂ ਪੱਟੀ ਤੈ ਉਹ ਨਾਂਗੇ ਮਸੋ ਉਹ ਤੇਰੇ ਕਰਕੇ ਮੈਂ ਰੁਕ ਗਿਆ ਮੈਂ ਤਾਂ ਨਾਂਗਿਆ ਹੁੰਦਾ ਹੁਣ ਨੂੰ ਫਿਰ ਫੜ ਲੈਣਾ ਤਾਂ ਮੈਂ ਕੀ ਫੜਾਂ ਯਾਰ ਕਾਕੇ ਉਹ ਜਰਾਫ ਜਿਹੜਾ ਰਾਹੀ ਨਹੀਂ ਦਿੱਤਾ ਭਾਈ ਥਕਾ ਚ ਓਏ ਤਾਂ ਤਾਂ ਮੈਂ ਥੱਕ ਗਿਆ ਮੇਰੇ 'ਚ ਤਾਂ ਹੁਣ ਨਾ ਤਾਂ ਮੇਰੇ 'ਚ ਹਿੰਮਤ ਰਹੀ ਆ ਦੇਖ ਤਾਂ ਧਣੀ ਮੈਥੋਂ ਸੂਏ 'ਤੇ ਚੜਿਆ ਜਾਣਾ ਚੈਨ ਕੁੱਪੀ ਮੰਗਾ ਲਿਆ ਕਾਕੇ ਚੱਕ ਕੇ ਚਾੜ ਦੇਣ ਤਾਂ ਹਾਂ ਮੈਂ ਨਾ ਨਾ ਇੱਕ ਇੱਕ ਚੀਜ਼ਾਂ ਦੀ ਟੈਂਕੀ ਮੰਗਾ ਲਿਆ
ਕੋਈ ਨਾ ਤਾਂ ਮੈਂ ਮੰਗਾ ਲਾ ਚੱਲ ਚੱਲਦੀ ਏ ਮੈਂ ਉਹਦਾ ਨਾ ਪਿਆਰਾ ਹੋ ਜਾ ਮੈਂ ਕਹਿਣਾ ਤੈਨੂੰ ਨਾ ਇਹ ਪਾਣੀ ਵੀ ਆ ਸੂਏ ਚ ਮੈਂ ਘਰੇ ਵੀ ਨਹੀਂ ਦੱਸ ਕੇ ਆ ਵੀ ਮੈਂ ਜਾਣਾ ਕਿੱਥੇ ਆ ਕਿੱਥੇ ਉਰੀ ਆਇਆ ਉੱਠ ਮਰਾ ਮੇਰਾ ਸਾਹ ਚੜੀ ਜਾਂਦਾ ਤੂੰ ਫੋਨ ਕਰ ਦੇ ਪਿੰਡ ਬੰਦਿਆਂ ਨੂੰ ਲੈ ਜਾਣਗੇ ਆ ਕੇ ਇੱਥੇ ਤਾਂ ਕੋਈ ਨਹੀਂ ਆਉਂਦਾ ਤੈਨੂੰ ਮੈਂ ਹੀ ਲੈ ਕੇ ਜਾਊਂਗਾ ਚੱਲ ਜੇ ਤੂੰ ਬਾਲਾ ਕਹਿਣਾ ਫਿਰ ਬਾਕੀ ਚੱਲਦੇ ਆਪਾਂ ਆ ਚੱਲ ਉੱਠ ਓਏ ਹੋਰ ਆ ਕਿਤੇ ਮੈਂ ਤਾਂ ਜੋਰੇ ਬਹਿ ਗਿਆ ਮੁੰਡਾ ਕੋਈ ਛੱਲ ਤੈਰ ਕੇ ਲੈ ਜਾ ਮੈਨੂੰ ਆਇਆ ਉੱਠ ਦਾ ਫੇਰ ਅਜੇ ਨੱਕੇ ਚ ਫਸ ਜਾਗੇ ਕਿਸੇ ਦੇ ਪਈ ਖੜਾ ਦਾ ਹੋ ਜਾ ਇਹ ਹੋਵੇ ਜਬਰ ਕੀਤਾ ਕਾਕੇ ਕਦੇ ਨਾ ਬਣੇ ਹੋਏ ਚੱਲ ਤੋ ਰਾਜਾ ਗੋਡੇ ਜਵਾਬ ਦੇ ਕੇ ਆ ਚੱਲੀਏ ਆਈ ਦੇਖ ਲੈ ਕਿਹੜੇ ਹਿਸਾਬ ਨਾਲ ਤੀ ਮੁਫਤ ਚੜ ਕੇ ਜਮੇ ਪਾਣੀ ਫਰ ਗਿਆ ਮੁਫਤ ਤੇ ਆ ਪਿਆ ਫੜ ਦੋ ਕੋਈ ਨਾ ਫਿਰ ਗਾਹ ਆਪਾਂ ਮੱਕੀ ਬਣਾਇਆ ਕਰਾਂਗੇ ਸੋਤੋ ਹਾਂ ਹਿੰਮਤ ਮੈਂ ਦੇਖ ਲਈ ਮੇਰੇ ਸਾਲ ਦਾ ਕੀਲਾ ਜਮੀ ਦਾ ਸੀ ਦਿਨ 10 ਮੱਝ ਹੈ ਜੇ 2-2 ਘੰਟੇ ਲਾਵਾ ਮੈਂ ਤਾਂ 3 ਦਿਨਾਂ 'ਚ ਵੜਦਾ ਇਕੱਲਾ ਹਾਂ ਪੇਕ ਲਾਉਣਾ ਲਾ ਲਿਓ ਆ ਜਿਓ ਹਾਏ ਵੇ ਹੈ ਖੜਾ ਹੋ ਗਿਆ ਪਾਣੀ ਦੇ ਦੇ ਮੈਨੂੰ ਪਾਣੀ ਦੇ ਦੇ ਪਾਣੀ ਪੂਣੀ ਤਾਂ ਹੈ ਨਹੀਂ ਪੇਕ ਲਾਉਣਾ ਲਾ ਲਾ ਕੋਈ ਨਾ ਫੇਰ ਆਉਣਾ ਭਾਈ ਤੇਰਾ ਕੀ ਹੋ ਗਿਆ ਤੈਨੂੰ ਕੀ ਬਣਾਉਣਾ ਵੱਡਿਆ ਮੇਰਾ ਸਾਲਿਆ ਮੈਂ ਗਿਆ ਸੀ ਤੇਰਾ ਲੰਗੋਟੀਆ ਯਾਰ ਇਹ ਤਾਂ ਗਵੈਂਟੀ ਆਪਣੇ ਜੱਫੀ ਬਣਾਉਂਦੇ ਰੇ ਮੈਂ ਅੱਜ ਵੱਡਿਆ ਗਿਆ ਸੀਗਾ ਮੈਂ ਐਂ ਕਹਿਣਾ ਤੈਨੂੰ ਮੈਂ ਕਿਹਾ ਸੀ ਵੀ ਤੂੰ ਮੈਨੂੰ ਨਾਲ ਲੈ ਕੇ ਚੱਲ ਉਹਨੂੰ ਕਹਿ ਵੀ ਉਧਰ ਉਹਦੀ ਮਾਸੀ ਆ ਜਾ ਨਾਲ ਹੈ ਹੁਣ ਕੀ ਹੋ ਗਿਆ ਮੈਨੂੰ ਐਂ ਦੱਸ ਮੇਰੇ ਸਰ ਲੱਗਦਾ ਪਹਿਲੀ ਚੋਰੀ ਪਹਿਲੇ ਹਾਂ ਇਹ ਕਹਾਵਤ ਕੱਚੇ ਬੰਦੇ ਵਾਸਤੇ ਬਣੀ ਆ ਜਿਹੜਾ ਬੰਦਾ ਕੱਚਾ ਹੁੰਦਾ ਸਮਝ ਗਿਆ ਉੱਥੇ ਤਾਂ ਬੰਤ ਆ ਗਿਆ ਮੇਰਾ ਸਲਗਣਾ ਉਹ ਤਾਂ ਆਉਣੀ ਸੀ ਲੈ ਉਹ ਤਾਂ ਆਉਣੀ ਸੀ ਇਹਦਾ ਸੀਆਈਡੀ ਹੋਈ ਆ ਬਈ ਤਾਂ ਸੀਆਈਡੀ ਕਰੀਏ ਮਨ ਚਾਹੇ ਨਾ ਮਨ ਤੇਰਾ ਬੇੜਾ ਬੈਠੇ ਹੋਰ ਮੈਂ ਬੰਤ ਨੂੰ ਫੋਨ ਕਰਤਾ ਹੂੰ ਮੈਂ ਬੰਤ ਨੂੰ ਫੋਨ ਕਰਤਾ ਹੂੰ ਬੈਠੀ ਬੈਠੀ ਵਾਲਿਆ ਇਹ ਕਰਨਾ ਬੰਦਿਆ ਤਾਂ ਟਾਈਮ ਚਕਾਇਆ ਕਰਨੈਲ ਮੇਰਾ ਸਾਲ ਕੜਿਆ ਚਿੱਠੀਆਂ ਤੇ ਅੱਜ ਕੱਲ ਕੌਣ ਚੱਲਦਾ ਚਿੱਠੀਆਂ ਦਾ ਅੱਜ ਤੋਂ 50 ਸਾਲ ਪੁਰਾਣੀਆਂ ਗੱਲਾਂ ਕਰਦਾ ਤੂੰ ਓਏ ਉਹਨੂੰ ਫਿਰ ਮੈਂ ਆਨਲਾਈਨ ਦਾ ਕੀ ਪਤਾ ਉਹਨੂੰ ਹੁਣ ਮੈਂ ਤਾਂ ਹੁਣ ਮੇਰੀ ਗੱਲ ਸੁਣਾ ਮੈਂ ਤਾਂ ਹੁਣ ਪੜਿਆ ਲਿਖਿਆ ਮੈਂ ਤਾਂ ਹੁਣ ਕਹੇਗਾ ਕੀ ਕਹਿੰਦਾ ਅੱਧੀ ਚਿੱਠੀ ਅੰਗਰੇਜ਼ੀ ਜਤੀ ਜੇ ਮੈਂ ਨਾਲ ਜਾਂਦਾ ਤੇਰੀ ਮਾਸੀ ਨਾਲ ਹੁੰਦੀ ਪ੍ਰੀਤੋ ਉਹਦੀ ਕੀ ਮਜ਼ਾਰ ਸੀ ਆਪਾਂ ਨੂੰ ਬੋਲ ਜਾਂਦਾ ਉਹ ਬੰਤ ਚਾਹੀਦੀ ਉੱਥੇ ਆ ਵੀ ਜਾਂਦਾ ਤੇਰੀ ਗੱਲ ਵੱਡੀ ਕਰਤੀ ਆ ਗਿਆ ਉੱਥੇ ਉਹ ਜੇ ਉਹ ਆ ਵੀ ਜਾਂਦਾ ਫਿਰ ਕੀ ਕਰਦਾ ਆਪਣਾ ਜਦੋਂ ਅਗਲੀ ਆਪਣੇ ਹੱਕ 'ਚ ਖੜੀ ਸੀ ਆ ਕੇ ਮਾਂਗਰ ਦੀ ਮਹਾਂ ਆ ਜਾ ਪਾਲੋ ਕਹਿੰਦਾ ਆ ਗਿਆ ਪਾਲਾ ਦੇਖ ਮੇਰੇ ਥੜਨੇ ਮਾਂਗਰ ਦੀ ਜੱਫਾ ਪਾ ਦੇ ਮੈਂ ਜੇ ਹੁੰਦਾ ਇਹਦਾ ਸੀਆਈਡੀ ਹੋਈ ਆ ਬਾਈ ਜੇ ਮੈਂ ਹੁੰਦਾ ਉੱਥੇ ਤੇਰੇ ਕਨੀ ਝਾਕਦਾ ਵੀ ਨਹੀਂ ਸੀ ਉਹ ਇਹਦਾ ਸੀਆਈਡੀ ਹੋਈ ਆ ਮੰਨਣੀ ਦਾ ਤਾਂ ਇਹ ਨਹੀਂ ਸੀਆਈਡੀ ਕਰਾਈ ਬੇਅਰਥੀਆਂ ਗੱਲਾਂ ਕਰਦੇ ਹੋ ਬੇਅਰਥੀਆਂ ਗੱਲਾਂ ਦਾ ਫਾਇਦਾ ਨਹੀਂ ਕੋਈ ਮੇਰੇ ਸਾਲੇ ਨੇ ਇੱਕ ਨਹੀਂ ਸੁਣੀ ਮੈਂ ਤਾਂ ਜਾਨ ਬਚਾ ਕੇ ਭੱਜ ਗਿਆ ਸੂਏ ਸੂਏ ਦੀ ਉੱਥੇ ਪੂਏ ਵਿੱਚ ਦੀ ਬਾਹਰ ਨਿਕਲ ਵਧੀਆ ਵਧੀਆ ਹੀ ਬਣੇ ਤੇਰੇ ਨਾਲ ਜਿੰਨੀ ਆਏ ਬਣੇ ਫੇਰ ਲੋਟ ਆਵੇਂ ਤੂੰ ਗਲਤ ਗੱਲ ਆ ਇਹ ਤੂੰ ਕੱਚਾ ਆਸ਼ਕਾ ਉਹ ਤਾਂ ਤੂੰ ਪਾਉਣਾ ਗੇਮਾਂ ਵੱਡੀਆਂ ਪਰ ਤੇ ਤੋ ਗੇਮ ਪੈਂਦੀ ਨਹੀਂ ਤੂੰ ਫੜਿਆ ਜਾਣਾ ਤੂੰ ਨਾਲੇ ਪਹਿਲਾਂ ਬੀਸੀਆਂ ਬਾਰੇ ਫੜਿਆ ਗਿਆ ਚੱਲ ਕੋਈ ਨਹੀਂ ਹੈ ਲੋਕਾਂ ਦੀ ਵੇੜਾ ਪੈਂਦਾ ਜਿਹੜੇ ਨਾਲ ਰਹਿੰਦੇ ਨੇ ਜਿਹੜੇ ਅਸੀਂ ਮੰਨ ਕੇ ਚੱਲ 80 ਬੰਦੇ ਆ ਗਏ ਪੁਰਾਣੇ ਅਸੀਂ ਸਾਰੀਆਂ ਖੇਡਾਂ ਜਾਣਦੇ ਆ ਆਹੋ ਕਿਹੜੀ ਖੇਡ ਕਦੋਂ ਖੇਡਣੀ ਆ ਕਿਵੇਂ ਖੇਡਣੀ ਆ ਜਿਹੜੇ ਨਾਲ ਰਹਿੰਦੇ ਨੇ ਉਹਨਾਂ ਦੀ ਕੁੱਖ ਤੇ ਬੈਂਦਾ ਨਾਗ ਲੜਦਾ ਜੇ ਨਾਗ ਲੜਿਆ ਹੁੰਦਾ ਫਿਰ ਤੂੰ ਮਰਦਾ ਕੁੱਤਿਆ ਫਿਰ ਤੂੰ ਮਰਦਾ ਤੇਰਾ ਵੇੜਾ ਬਹਿ ਜਾਂਦਾ ਹੁਣ ਤਾਂ ਜਬੀ ਵੜਦੇ ਸੀ ਮੁੰਡੇ ਕਮਾਂਡੀ ਮੈਂ ਤਾਂ ਇਹਨਾਂ ਨੂੰ ਦੇ ਪੱਪ ਲੈ ਪੱਪ ਮਸਾ 2 ਪੇਗ ਦਾ ਹੀਲਾ ਕਰਿਆ 2 ਪੇਗ ਮਸਾ ਲਾਏ ਨੇ ਮੇਰੇ ਸਾਲ ਦਾ ਮੈਂ ਤਾਂ ਘਰੋਂ ਲੜ ਕੇ ਉਰੇ ਆ ਗਿਆ ਮਗਰ ਕੋਈ ਮਨਾਉਣ ਵੀ ਨੀ ਆਇਆ ਮੈਂ ਤਾਂ ਪੈਂਦਾ ਸੀ ਹੁਣ ਕੋਠੇ ਚ ਗੱਲ ਤਾਂ ਸੁਣ ਤੈਨੂੰ ਬੇਕਰਤੂਤੇ ਬੰਦੇ ਨੂੰ ਕੋਈ ਨੀ ਆਉਂਦਾ ਹੁੰਦਾ ਮੇਰੀ ਗੱਲ ਸੁਣ ਲਈ ਹੁਣ ਪੂਰੀ ਜਿਹੜਾ ਕੰਮ ਹੋਣਾ ਸੀ ਹੋ ਗਿਆ ਚੱਲ ਮੇਰੇ ਨਾਲ ਜਿਹੋ ਜਿਹੀ ਲਿਖੀ ਦੀ ਬਣ ਗਈ ਪ੍ਰੀਤੋਂ ਨੂੰ ਫੋਨ ਲਾ ਦੇ ਇਹਨੂੰ ਕਦੇ ਲੁਕੋ ਨਾ ਮੈਂ ਝਾੜਦਾ ਨਾ ਉਹਨੂੰ
मैं लिया सौहा खवा के बस ठीक है मैं बड़ा जोर बस फिर ठीक है किनिया पैरी चुनिया ठंडा दो तीन बारी फोन ला लिया नंबर नहीं लगता है पता नहीं लग की कर काबर क्षेत्र एरिए तो बाहर ही आई जाता है इन्हें उदू तो पा लिया उधर मैं ब्याह लेंदे जाने तरीके कबीले चल आए कह देंदे भी भाई खाने के टाइम तुम आ जाने जो थोड़ी चुल्हे ने आ फिर काम के टाइम तुम आते नहीं है चारे पास नीवियाँ पवा रखी ने किसी नाल नहीं बर्तन जोगा छड़ता हूँ पता नहीं उजड़िया तो उजड़िया किधर है मैं तो आए हैं कि ऊ ही ना किसी तो कुट खा के अगला लत्तां बाहां तोड़ के उरे छिट जूगा मैं उत्थे अगले ने गिद्दे च नचदी होऊंगी फिर की बनूगा नहीं कुड़िए जे इनू नाल लेके जानी तो स्यापा उत्थे जाके उन्हां दा ऊ सारा मन करे ऐ नहीं पता मठियाई वाली टोकरी मुद्दे मार दे यह जी सदैन का की पता है ना इनू घरें छड़ के जान जोगियां ना नाल ले जान जोगियां हूँ की करा मैं तो बिच बचाले फस गई ना उधर दी रही तो ना इधर दी रही जे जानी तो मर गई जे नहीं उन्होंने जाती तो मर गई फिर तड़के जाऊँगी अगला फिर मैनू बोलणगे भी भाई तुसीं आथणे क्यों नहीं आए हैगे तो पा के मार लिया बंदे ने तो पता नहीं इहदा की तां बनूगा की ना दोबारे देख दिया फोन ला के जे लगूगा आ देख ला मेरे साले दा आ प्यार है हैगा कोई काम दा फिकर इन ओए ओए खड़ा हो आओ डप रखिया ओए आ जाओ डप रखिया हुन भी ना ना देखा नी ट्रे कर हा कर वाह ये साले दा तड़की लग जांदे ने भाई जा मार दा के ओए भाई मार दा मैं तो पहली तंग की गल तंग नु की होगा तेनु करे नी होगा ओए हां करे नी होगा संदीप बंदा कतल करके बन जाता ओदा जिथे दारू दबी पर गुड़ कि फेफड़े गल जाणगे दारू पी पी गले तां पाए एदू बार कम की करणगे तत्ती ला लैना मूंह नूं नहीं देख दो जवाक हो गए एदू बार खत्म है कम आपां कराउणे भी की ने फेफड़े दारू का साथ पीता मेरे बाबे तो चोरी चक चक साडिया दारू पी गया मेरा साला नशे बिना तुसी नहीं उठते है उधरों मेरा प्यो हो देख बी मैं तेरे प्यो ना वादा करया ती मैं सारी उम्र सोचना रहू पर तेरा प्यो नहीं खड़िया कोई खेत पी के पौआ गल कह के मुकर गया मैं कहना तेन ती मिलिया कि मैं दूजी भी रोना तलाक करा मैं हजे तक कुछ नहीं गल दसा तेरा घर उड़ी रही हसदा बसदा तू बड़े आपले होके उन्हें लिया गुस्से गले थोड़े टाइम दे ओ बथेरे पैरी हथ लाते कहती पहला घर नौकरा मेरे फेर आऊं कचहरियां जा पहला कहती लाग उठा आपदे नु नहीं हैगा करता मेरे नाल बस सो ता लाल लकीर च बस ले गवांडियां नु ना छना मैं भी फायदा नहीं पता नहीं है किसे फायदा नहीं है गल दा दा फायदा नहीं पीदा ओए किसे दा नहीं ता रिश्तेदारी जूती हां तैनू आऊ रिश्तेदारी च हां हुण ओ कहती भाई साल हो गया आई चुगे पाई फिर देखा कद टावर कड़ी भी जिधर टावर कड़ी फिर मेरा साला पैसे तेन मांग रहा पहला तू डब्बा चक लिया लगे हुए ने की करिए लगे हुए
ਸਾਰਾ ਟੱਬਰ ਗੁੱਸਾ ਮੇਰੇ ਤੇ ਲਾਉਂਦਾ ਅੰਦਰ ਵਾਰ ਵਾਰ ਕੁੱਟ ਦਿਓ ਮੈਨੂੰ ਬਈ ਮਾਨੂੰ।